ਉਹਨੂੰ ਕਿਹੜਾ ਫੋਨ ਲਿਆ ਫਾਸਟ ਕਿਟ ਲਾ ਰਹੇ ਠੀਕ ਹੈ ਲਿਸਨ ਚੱਲੀ ਤੇ ਬਹਿਣਾ ਜੇ ਹਾਂਜੀ ਦੋਸਤੋ ਕੀ ਹਾਲ ਹੈ ਸਭ ਠੀਕ ਹੈ ਅੱਜ ਮੈਂ ਤੇ ਵੱਡਾ ਚੱਲਿਆ ਗੇੜੀ ਤੇ ਪਹਿਲਾਂ ਕੰਮ ਤੇ ਜਾਣਾ ਸੀ ਤੇ ਜਰਸੀ ਕੈਂਸਲ ਵੱਡੇ ਸਤਿ ਸ਼੍ਰੀ ਅਕਾਲ ਬੁਲਾ ਪਿਆ ਸਤਿ ਸ਼੍ਰੀ ਅਕਾਲ ਠੀਕ ਠਾਕ ਪਹਿਲਾਂ ਜਰਸੀ ਕੰਮ ਤੇ ਜਾਣਾ ਸੀ ਤੇ ਉਹ ਬਾਅਦ ਯਾਦ ਆਇਆ ਦੁਕਾਨਾਂ ਜਿਹੜੀਆਂ ਨੇ 10 ਵਜੇ ਖੁੱਲ੍ਹਦੀਆਂ ਨੇ ਅਤੇ ਫਿਰ ਕੈਂਸਲ ਕਰ ਛੱਡਿਆ ਕਿ ਕਿੱਥੇ ਬੈਠੇ ਰਹਾਂਗੇ ਅਤੇ ਵੱਡੇ ਨੇ ਕਿੱਥੇ ਵੱਡਾ ਕੰਮ ਕਰਦਾ ਉੱਥੇ ਉਹਦੇ ਅਸੀਂ ਆ ਗਿਆ ਟੋਪੀ ਸ਼ੋਪ ਡਾਕਟਰ ਨੂੰ ਪਹਿਲਾਂ ਆਪਾਂ ਟੋਪੀ ਲੈਣੀ ਹੈ ਟੋਪੀ ਲੈ ਕੇ ਤਾਂ ਸਿੱਧਾ ਹੀ ਬੁਲਾਉਣ ਤੋਂ ਟੋਪੀ ਔਡਰ ਕਰਨ ਲੱਗੇ ਹਾਂ ਵੱਡਾ ਕਹਿੰਦਾ ਆਵੋ ਕੱਲ੍ਹ ਦੋਸਤ ਖਾਣਾ ਆ ਅਤੇ ਮੈਂ ਜਿਹੜੀ ਹੋਈ ਹੈਸ਼ਪਿਟਲ ਲਾਏ ਵੱਡੇ ਦਾ ਵਕਰ ਦੋਸਤ ਆ ਗਿਆ ਹੈ ਮੈਂ ਉਸ ਵੇਸ ਵਾਰੀ ਨਹਾ ਵੀ ਨਹੀਂ ਹੁੰਦਾ ਹੈਗਾ ਅਤੇ ਵੱਡਾ ਦਾ ਰੱਖਣ ਲੱਗਾ ਅਤੇ ਮੈਂ ਲਿਆਦੀ ਨੇ ਚੋਕਲੇਟ ਚਿਪਸ ਬੜੇ ਲੌਂਗ ਟਾਈਮ ਬੜੇ ਲੌਂਗ ਟਾਈਮ ਬਾਅਦ ਚੱਲੇ ਆਪਾਂ ਦੋਵੇਂ ਕਿਤੇ ਇੱਦਾਂ ਮੈਂ ਲੌਂਗ ਟਾਈਮ ਬਾਅਦ ਚੱਲੇ ਹਾਂ ਮਹੀਨੇ ਡੇਢ ਬਾਅਦ ਅਤੇ ਮੈਂ ਕਿਹਾ ਅੱਜ ਵੱਡੇ ਨੇ ਵਲੋਗ ਬਣਾਉਣਾ ਆਪਾਂ ਵੀਡੀਓ ਸਾਰੀ ਕੰਮ ਆਏ ਹੋਏ ਮਾਰੇ ਹੁਣ ਗੱਡੀ ਭਾਅ ਜੀ ਭਾਈ ਵੇਦੇ ਆ ਦੇ ਦੋ ਆਪਾਂ ਕਿੱਥੇ ਜਾ ਰਹੇ ਹਾਂ ਅੱਜ ਲੰਚ ਵੀ ਇਕੱਠੇ ਨੇ ਕਰਨਾ ਹੈ ਅਤੇ ਸ਼ਾਮੀ ਜਾਣਾ ਆਪਾਂ ਬਾਹਰ ਰੋਟੀ ਖਾਣਾ ਭਾਂਜਿਆਂ ਨੂੰ ਲੈ ਕੇ ਅੱਜ ਸ਼ਨੀਵਾਰ ਦਾ ਦਿਨ ਨੇ ਅਤੇ ਟ੍ਰੈਫਿਕ ਵੀ ਅੱਜ ਹੁੰਦੀ ਹੈਗੀ ਲੋ ਵੀ ਆਪਾਂ ਪਹੁੰਚ ਗਏ ਬਰੋਂਸ ਅਤੇ ਵੱਡੇ ਨੇ ਵੀ ਐਨਕ ਲਾ ਲਈਏ ਵੱਡੇ ਅੱਜ ਗੁੱਚੀ ਗੁੱਚੀ ਪਾਈ ਨਾ ਸ਼ੋ ਗੁੱਚੀ ਐਨਕ ਗੁੱਚੀ ਇੱਕ ਰੰਗ ਵੀ ਸੋਹਣਾ ਪਾਇਆ ਅੱਜ ਹੈ ਨਾ ਉਹ ਤਾਂ ਦੇਖ ਪਿਆ ਨਾ ਬੈਲਟ ਵੀ ਭਾਜੀ ਲੂਈ ਵਟਾਨ ਦੀ ਏ ਸਹੀ ਸਹੀ ਭਾਜੀ $500 ਲਾਇਆ ਲੂਈ ਵਟਾਨ ਦੀ ਬੈਲਟ ਦੇ ਉੱਤੇ ਵੇਖ ਲਓ ਸੁਣਾਉਣ ਦੇ ਹੁਣ ਤੇ ਸੁਣਾਉਣਾ ਹੀ ਤੇਰੇ ਤਰ੍ਹਾਂ ਥੋੜਾ ਉੱਥੇ ਮੇਲੇ 'ਚ ਲੈ ਕੇ ਆਉਂਦੀ ਵੀਆਂ ਦੀ ਸਹੀ ਗੱਲ ਹੈ ਹੈਂ ਸਹੀ ਗੱਲ ਓਰੀਜਨਲ ਚੀਜ਼ਾਂ ਪਾਈਦੇ ਆ ਗੋਲਡ ਤੇ ਘੜੀ ਵੇਖ ਲਾ ਕਿਹੜੀ ਬੰਨੀ ਹੋਈ ਸਹੀ ਤੇ ਅਸੀਂ ਆ ਗਏ ਹਾਂ ਬਰੋਂਸ ਹੁਣ ਰਹਿ ਕੇ 10-15 ਮਿੰਟ ਡਰਾਈਵ ਤੇ ਫਿਰ ਤੁਹਾਡੇ ਤੁਹਾਨੂੰ ਅਗਲਾ ਪਲੈਨ ਸਾਡਾ ਕੀ ਹੈ ਟੋਰਾ ਕੱਢਿਆ ਵੱਡਾ ਜੀ ਟਾਈਮ ਨਾਲ ਕਹਿੰਦਾ ਗੁਰਦੁਆਰਾ ਮੱਥਾ ਟੇਕ ਨਾ ਕੱਲ੍ਹ ਹੈਗਾ ਇਹਦਾ ਮੈਚ ਕੱਲ੍ਹ ਅੱਜ ਟਾਈਮ ਨਾਲ ਕੰਮ ਨਿਬੇੜਿਆ ਸਾਰੇ ਹੀ ਅਤੇ ਮੌਸਮ ਵੀ ਅੱਜ ਘੈਂਟ ਹੈ ਤੇ ਆ ਜਾਓ ਫਿਰ ਮਿਲਦੇ ਅੱਗੇ ਦਿਖਾਉਣੇ ਤੁਹਾਨੂੰ ਕੀ ਕਰਨਾ ਹੁਣ ਆਪਾਂ ਹੈਗਾ ਬਰੋਂਸ ਜੂ ਹੈਗਾ ਇਹ ਲੇਕਿਨ ਇਹਦੇ ਇੱਥੇ ਕਿਹੜੇ ਜ਼ਿਆਦਾ ਜਾਨਵਰ ਮਾੜੇ ਹੀ ਨੇ ਤਗੜੇ ਨਹੀਂ ਹੈਗੇ ਖੁਰਾਕ ਘੱਟ ਮਿਲਦੀ ਇੱਥੇ ਇੰਨਾ ਮਸ਼ਹੂਰ ਨਹੀਂ ਹੈਗਾ ਲੇਕਿਨ ਜ਼ਿਆਦਾਤਰ ਸਸਤਾ ਹੈ ਜ਼ਿਆਦਾ ਸਸਤਾ ਹੀ ਜਾਨਵਰ ਹੈਗੇ ਇੱਥੇ ਤਗੜੇ ਜਾਨਵਰ ਨੇ ਅਤੇ ਆ ਗਿਆ ਬਰੋਂਸ ਦਾ ਏਰੀਆ ਹੁਣ ਲੋਕਲ ਅਤੇ ਅੱਜ ਆਪਾਂ ਬਸ ਘੁੰਮਣਾ ਫਿਰਨਾ ਹੀ ਸਾਰੀ ਦਿਹਾੜੀ ਅੱਜ ਇਹੀ ਸਾਡਾ ਕੰਮ ਹੈ ਅੱਜ ਅੱਜ ਵਾਕ ਕਦੀ ਇੱਧਰ ਚਲ ਗਏ ਕਦੀ ਉੱਧਰ ਸ਼ਾਮਾਂ ਪੈ ਜਾਣੀਆਂ ਘਰ ਆਉਂਦੀਆਂ 3-4 ਵੱਜ ਰਹੇ ਨੇ ਕਹਿੰਦੇ ਸ਼ਾਮਾਂ ਪੈ ਗਈਆਂ ਕੱਲੀ ਨੂੰ ਡਰ ਆਇਆ ਤੇ ਸੱਜਣਾ ਕਿੱਥੇ ਰਹਿ ਗਏ ਹਾਂ ਸਹੀ ਗੱਲ ਹੈ ਫਿਰ ਘਰ ਵੀ ਤੇ ਜਾਣਾ ਹੀ ਨਹੀਂ ਆ ਗਿਆ ਜਾਬ ਤੇ ਕੁਛ ਪਹਿਨੇ ਲੱਗੇ ਨੇ ਕੰਮ ਕਰਨ ਅਤੇ ਉਹ ਲੱਗੇ ਨੇ ਗਾਰਬੇਜ ਲਾਉਣ ਅਤੇ ਹੈ ਕਿੱਦਾਂ ਚੱਲੀਏ ਫਿਰ ਵੱਡਾ ਵੀ ਪੂਰਾ ਜੈਲੋ ਜੈਲੋ ਬਣੇ ਆ ਲਾ ਕਰਦਾ ਟਰੱਕ ਹੈ
ਉਹਦੇ ਚਾਬੀ ਲੈ ਲਈ ਇਹਨਾਂ ਕੋਲੋਂ ਥੋੜਾ ਜ਼ਿਆਦਾ ਚੜ ਜਾਂਦਾ ਗਾਰ ਵੀ ਸਾਰਾ ਕੁਛ ਛੱਡਿਆ ਮੂੰਹ ਇੱਥੋਂ ਅਤੇ ਧੱਕੋ ਵੀ ਮਾਰ ਛੱਡੀ ਹੈ ਅੰਜਲ ਗੁੱਡ ਹਾਂ ਯਾ ਮੇ ਕੋਰਨਰ ਵੱਡਾ ਵੱਡਾ ਟੋਰ ਕੱਢੀ ਗਿਆ ਮੈਂ ਅੱਜ ਵੱਡੇ ਬੂਟ ਨਹੀਂ ਗੰਦੇ ਕਰਨੇ ਟੁੱਡਾ ਸਾਡਾ ਨਾ ਮਾਰ ਲਈ ਉਹ ਕੋਰਨਰ ਬਣਾਉਣ ਲੱਗਾ ਮੈਂ ਕੋਰਨਰ ਕਰਦੇ ਸਹੀ ਆਹੋ ਡੈਮੋ ਕਰਕੇ ਮੈਂ ਉਹ ਆਲਵੇਜ਼ ਵੇਅਰ ਦਾ ਹੈਲਮਟ ਓਕੇ ਅਮੀਗੋ ਲਿਸਨ ਆਲਵੇਜ਼ ਵੇਅਰ ਦਾ ਹੈਲਮਟ ਓਕੇ ਹੈਲਮਟ ਅਤੇ ਉੱਧਰ ਉਹ ਲੱਗੇ ਨੇ ਗਾਰਬੇਜ ਲੈਣ ਆਲਮੋਸਟ ਸਾਰਾ ਗਾਰਬੇਜ ਉੱਤਰ ਹੀ ਗਿਆ ਸਪੈਨਰ ਸਾਨੂੰ ਇਹ ਫਾਇਦਾ ਇੱਕ ਬਰੋਂਸ ਰਹਿੰਦੇ ਨੇ ਆਪਣੇ ਆਪ ਹੀ ਆ ਜਾਂਦੇ ਨੇ ਕੰਮ 'ਤੇ ਕਹਿਣਾ ਨਹੀਂ ਪੈਂਦਾ ਕਿ ਆਹ ਕਿੱਥੇ ਉਹ ਜੇ ਚੱਕਣੇ ਜਾਂ ਲਾਉਣੇ ਨੇ ਨਾ ਸਾਨੂੰ ਇਹਨਾਂ ਦੀ ਰੋਟੀ ਦੀ ਟੈਨਸ਼ਨ ਹੈ ਨਾ ਚਾਹ ਪਾਣੀ ਦੀ ਟੈਨਸ਼ਨ ਹੈ ਇਹਨਾਂ ਜੋ ਕਰਨਾ ਆਪਣਾ ਆਪ ਹੀ ਕਰਨਾ ਹੈ ਬਸ ਇਹ ਵੇ ਟਾਈਮ 'ਤੇ ਇਹਨਾਂ ਟਾਈਮ 'ਤੇ ਕੰਮ ਛੱਡ ਦੇਣਾ ਇਹਨਾਂ ਨੇ ਉਹ ਥੱਲੇ 'ਚ ਪੈਣਾ ਲੱਗਾ ਇੱਕ ਅਤੇ ਉੱਧਰ ਉਹ ਡੈਮੋ ਕਰਨ ਲੱਗਾ ਉੱਧਰ ਸਾਨੂੰ ਸਪੈਨਿਸ਼ ਨਹੀਂ ਆਉਂਦੀ ਤੇ ਹੁਣ ਉਸ ਕੰਪਲੇਨ ਕਰਨ ਦਿਆ ਏ ਓਕੇ ਲਿਸਨ ਆ ਐਕਸਪਲੇਨ ਹਿਮ ਆਲਰੇਡੀ ਸੋ ਹੀ ਗੋਨਾ ਟੈਲ ਯੂ ਓਕੇ ਯਾ ਯੂ ਓਕੇ ਰਾਈਟ ਯੂ ਗੁੱਡ ਕੀਪ ਯੋਰ ਮਨੀ ਪ੍ਰੋਪਰਲੀ ਓਕੇ ਦੈਨ ਗੋ ਫਲਾਈ ਓਕੇ ਲਾਸਟ ਟਾਈਮ ਰਿਮੈਂਬਰ ਓਕੇ ਕਲੀਨ ਆਲ ਓਕੇ ਕਲੀਨ ਸਟੋਨ ਰਿਮੂਵ ਐਵਰੀਥਿੰਗ ਓਕੇ ਕਿਦਾਂ ਵੜਿਆ ਉਹਨੂੰ ਕਿਹੜਾ ਫੋਨ ਲਿਆ ਫਾਸਟ ਕਿੱਟ ਲਾਣੇ ਉੱਥੇ ਕਿਹਾ ਦੋਵੇਂ ਫਾਸਟ ਕਿੱਟ ਭੇਜ ਲੈਣੇ ਆ ਆਹੋ ਚਾਰ ਦਿਨ ਜੇ ਪਰ ਇੱਕ ਦਿਨ ਲਾ ਕੇ ਕਹਿੰਦਾ ਪੇਂਟ ਮਾਰ ਦੇ ਵੜਿਆ ਚੱਲੀਏ ਫਿਰ ਚੱਲੀਏ ਤੇ ਬਹਿਣਾ ਅਜੇ ਗਾਰ ਉਤਰ ਜਾਣਾ ਚਾਹੀਦਾ ਜਿਹੜਾ ਕੂਲਰ ਤੇ ਬਰਫ਼ ਜਿਹੜੀ ਲਿਆ ਕੇ ਰੱਖ ਛੱਡੀ ਹੈ ਕਹਿੰਦਾ ਬੰਦੇ ਕਹਿੰਦੇ ਧੁੱਪ ਬੜੀ ਪੈਂਦੀ ਹੁਣ ਅਤੇ ਪਾਣੀ ਦਾ ਵੱਡੇ ਬੰਦੋਬਸਤ ਕਰ ਛੱਡਿਆ ਕਿਉਂਕਿ ਇੱਥੇ ਕੰਮ ਚੱਲਣ 15-20 ਦਿਨ ਲਗਾਤਾਰ ਹੀ ਕਿਉਂਕਿ ਆਪਣਾ ਗੇੜਾ ਘੱਟ ਵੱਜਦਾ ਇੱਥੇ ਅਤੇ ਪਾਣੀ ਦੇ ਕੇਸ ਲਿਆ ਕੇ ਰੱਖ ਛੱਡੇ ਨੇ ਇੱਥੇ
ਪੰਜਾਬੀ ਢਾਬੇ ਰੋਟੀ ਖਾਣ ਇਹ ਵੱਡਾ ਅੱਜ ਬਿਜੀ ਚੱਲਣ ਦਿਆ ਮੈਚ ਦੀ ਗੱਲਾਂ ਚੱਲਣ ਦੀਆਂ ਕਿਉਂ ਟੀ ਟਵੈਂਟੀ ਟੀਮ ਪਾਈ ਇਹਨਾਂ ਨੇ ਹੁਣ ਅਤੇ ਭੁੱਖ ਲੱਗ ਗਈ ਪੰਜਾਬੀ ਦੇ ਢਾਬੇ ਦੀ ਰੋਟੀ ਖਾਣ ਚੱਲੀਆਂ ਚੁੱਕ ਉਹ ਉੱਥੇ ਕਰਦੇ ਉਹ ਉੱਥੇ ਰਹਿੰਦੇ ਹਾਂਜੀ ਕੀ ਹਾਲ ਚਾਲ ਠੀਕ ਹੋ ਆਪਾਂ ਰੋਟੀ ਖਾਣ ਅਤੇ ਮੈਂ ਤਾਂ ਵੱਡਾ ਵੇਖੋ ਚੰਗਾ ਅੱਜ ਤੈਨੂੰ ਸਪੈਸ਼ਲ ਰੋਟੀ ਖਵਾਉਣੀ ਨਾਲ ਅੱਜ ਆਪਾਂ ਖਾਣਾ ਯਾਰ ਰੈਸਟੋਰੈਂਟ ਰੋਟੀ ਬਾਅਦ ਥੋੜ੍ਹੀ ਹੌਲੀ ਬੋਲਣਾ ਪੈਣ 'ਤੇ ਕਿਉਂਕਿ ਸਾਰੇ ਪਿੱਛੇ ਫੈਮਲੀਆਂ ਬੈਠੀਆਂ ਨੇ ਅਤੇ ਅੱਜ ਫਿਰ ਉਹਨਾਂ ਦੇ ਕੀ ਖਾਣੀ ਭਾਂਜਾ ਸਾਡਾ ਹੈਗਾ ਵੈਸ਼ਨੋ ਬੰਦਾ ਵੈਸ਼ਨੋ ਅਤੇ ਆਪਾਂ ਚੱਲ ਚਿਕਨ ਖਾ ਲਈਦਾ ਨਾਲ ਭਾਈਆ ਆਇਆ ਨਾ ਦੀਦੀ ਆਏ ਨੇ ਰਵੀ ਦਾ ਚਿਕਨ ਟਿੱਕਾ ਆ ਗਿਆ ਅਤੇ ਵੱਡੇ ਦਾ ਚਿਕਨ ਟਿੱਕਾ ਹਰਸ਼ ਕਿੱਦਾਂ ਫਿਰ ਭਾਈਆ ਠੀਕ ਹੈ ਪੂਰਾ ਇੱਕ ਨਿਵਾਜ ਹੋ ਰਿਹਾ ਅੱਜ ਸਿਟੀ ਜਾਣਾ ਹੈ ਭਾਈਆ ਠੀਕ ਹੈ ਉਹ ਕਹਿੰਦਾ ਖਰਗੋਸ਼ ਕਹਿੰਦਾ ਜੀ ਮੇਰਾ ਲਵ ਰੇਸ਼ ਕਹਿੰਦਾ ਜੇ ਇੱਕ ਹੁੰਦਾ ਇਹ ਲੇਕ ਹੁੰਦੀ ਸੀ ਕਹਿੰਦਾ ਜੇ ਉਹ ਜਿੱਤ ਗਈ ਉੱਥੇ ਜਾ ਕੇ ਲੇਸ ਲਾਉਣੀ ਜੇ ਜਿੱਤ ਗਿਆ ਅਤੇ ਫਿਰ ਉਹ ਲੇਕ ਤੇਰੀ ਜੋ ਉੱਥੇ ਤੋਂ ਆਇਆ ਕਰਕੇ ਉਹ ਤੇਰਾ ਸੱਪ ਜੀ ਅਤੇ ਉਹ ਕਹਿੰਦਾ ਉਹ ਮੰਨ ਗਿਆ ਖਰਗੋ ਉਹ ਕਛੂਆ ਮੰਨ ਗਿਆ ਠੀਕ ਹੈ ਅਤੇ ਉਹ ਤੁਰਿਆ ਜਾਵੇ ਚੱਲ ਫਿਰ ਰੇਸ ਸਟਾਰਟ ਹੋ ਗਈ ਉਹਨੇ ਜਿਹਾ ਹੀ ਬਾਂਦਰ ਸੀ ਇੱਕ ਬਾਂਦਰ ਨੇ ਕੀਤੀ ਸਟਾਰਟ ਰੇਸ ਇੱਕ ਨਹੀਂ ਨਹੀਂ ਕਛੂਏ ਨੇ ਖਰਗੋਸ਼ ਨਾਲ ਰੇਸ ਕੀਤੀ ਸਟਾਰਟ ਅਤੇ ਬਾਂਦਰ ਜੱਜ ਬਣ ਗਿਆ ਨਾ ਕਿ ਮੈਂ ਰੇਸ ਸਟਾਰਟ ਕਰਾਵਾਂਗਾ ਅਤੇ ਉਹਨੇ ਸਟਾਰਟ ਕੀਤੀ ਉਹਨੇ ਪੈਣ ਦਾ ਕਰਨਾ ਸੀ 2 ਕਿਲੋਮੀਟਰ ਦੂਰ ਭੱਜ ਕੇ ਜਾਣਾ ਸੀ ਉਹਨੇ 1 ਕਿਲੋਮੀਟਰ ਪੈਦਾ ਕਰ ਲਿਆ ਪਾਰ ਤੇ ਕਛੂਆ ਹੌਲੀ 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 ਕਰਕੇ ਉਹਨੇ 1 ਕਿਲੋਮੀਟਰ ਪੈਦਾ ਪਾਰ ਉਹਨੇ ਵੀ ਕਰ ਲਿਆ ਪਰ ਥੋੜੇ ਅੱਗੇ ਹੀ ਖਰਗੋਸ਼ ਪਹੁੰਚ ਗਿਆ ਲੇਟ ਲੱਗ ਗਈ ਕਹਿੰਦਾ ਮੈਂ ਕਰ ਲਿਆ ਰੈਸਟ ਕਛੂਆ ਪਹੁੰਚੇ ਲਾਗੇ ਲਾਗੇ ਜਾਣ ਤੋਂ ਬਾਅਦ ਕਹਿੰਦਾ ਕਿ ਹਾਂ ਵੀ ਇਹ ਸੋ ਗਏ ਆ ਉਹਦੇ ਵੱਲ ਦੇਖ ਕੇ ਤੇ ਉਹਨੇ ਲੈਣ ਕਰ ਲਈ ਕਰੋਸ ਕਛੂਆ ਦੀ ਅੱਖ ਖੁੱਲੀ ਤੇ ਉੱਥੇ ਜਿੱਤ ਗਿਆ ਕਛੂਆ ਜਿੱਤ ਗਿਆ ਤੇ ਕਛੂਆ ਕਹਿੰਦਾ ਮੈਂ ਸੁੱਤਾ ਕਰਾ ਤੂੰ ਪਛਤਾਵੇ ਬਾਅਦ ਚ ਮੈਂ ਸੁੱਤਾ ਕਰਾ ਤੂੰ ਬੰਦਾ ਜਿੰਨਾ ਮਰਜ਼ੀ ਤੇਜ਼ ਹੋਵੇ ਪਰ ਜਿੱਦਾਂ ਜਾਂ ਬੰਦਾ ਠੰਡੇ ਦਿਮਾਗ ਚੱਲਦਾ ਹੋਵੇ ਉਹੀ ਜਿੱਤਦਾ ਆਪਣੇ ਹਿਸਾਬ ਨਾਲ ਬਣਾ ਸੁਣਾ
ਰਹਿੰਦੇ ਨੂੰ ਸੁਣਾ ਦੇ ਪੈਸਾ ਰੱਖਣਾ ਧੁੱਪੇ ਸਾਨੂੰ ਕੁਛ ਨੀ ਹੁੰਦਾ ਸੁਣਾ ਦੇ ਧੁੱਪੇ ਸਾਨੂੰ ਤੋਤਾ ਕਾਂਡਾ ਦੇ ਕਾਂਡਾ ਦੇ ਜਿਹੜਾ ਮੰਗਲ ਪੈਸਾ ਕਰਨ ਜਿਹੜਾ ਮੰਗਲ ਚੱਲ ਸਲਾਹ ਕੀਤੀ ਕਰਨਾ ਲੜਾਓ ਹੁਣ ਜੇ ਅਸੀਂ ਤੋਤਾ ਕਹਿੰਦਾ ਜੀ ਇੱਥੇ ਪਾਣੀ ਕਹਿੰਦਾ ਉਹ ਉੱਡ ਗਿਆ ਇੱਥੇ ਪਾਣੀ ਮਿਲਦਾ ਤੇ ਮੈਣਾ ਤੂੰ ਪਤਾ ਕੁਝ ਉਹ ਚੜ੍ਹ ਸਕਦਾ ਘੜਾ ਉੱਚਾ ਸੀ ਤੇ ਕਾਂ ਸੀ ਜੇ ਹੈਗਾ ਤੋਤਾ ਮੈਣਾ ਫੇਰ ਆਉਂਦੇ ਨੇ ਪਾਣੀ ਉਸਲਦਾ ਕੀ ਤਿੰਨੇ ਪਾਣੀ ਪੀਂਦੇ ਨੇ ਤੇ ਉਹ ਜੇ ਪਾਣੀ ਪੀਂਦੇ ਕਾਂ ਦੇ ਦਿਮਾਗ ਵਾਲਾ ਤੇਜ਼ ਨੇ ਤੇ ਮੈਨੂੰ ਕਹਿੰਦੇ ਮੈਂ ਅਗਰੈਸਿਵ ਨੀ ਹੁੰਦਾ ਇੰਨਾ ਮੈਂ ਸਿੱਧੇ ਦਿਮਾਗ ਨਾਲ ਕੰਮ ਕਰਨਾ ਮੈਂ ਸਾਰੀ ਡੇਢੀ ਕੰਮ ਸਾਰਾ ਸਾਲ ਕੰਮ ਕਰਨਾ ਕੰਮ ਕਰਦੇ ਮੈਂ ਆਪਣੇ ਦਿਮਾਗ ਨਾਲ ਹੁੰਦਾ ਕੰਮ ਕਰਨ ਦੀ ਲੋੜ ਜਿੰਨੀ ਲੋੜ ਜਿੰਨੀ ਲੋੜ ਇਹਨੇ ਵਿੱਚ ਜੋੜ ਲੱਗ ਜਾਂਦਾ ਬੰਦਾ ਫਿਰ ਔਖਾ ਹੁੰਦਾ ਚਾਰ ਪਹਿਲਾਂ ਨੇ ਖਾਧਾ ਨਾ ਗਰਮ ਸੀ ਗਰਮ ਸੜ ਗਿਆ ਗਰਮੀ ਪਾਇਆ ਨੇ